ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵਿਤ ਚੋਣ ਗੱਠਜੋੜ ਨੂੰ ਚਿਰਾਂ ਤੋਂ ਰਿੜਕਿਆ ਜਾ ਰਿਹਾ ਸੀ। ਡੰਡੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਦਾਲ ਨਾ ਗੱਲਣ ਦਾ ਐਲਾਨ ਕਰ ਦਿੱਤਾ ਹੈ। ਡੰਡੀ ਇਹ ਐਲਾਨ ਉਸੇ ਸ਼ਖਸ ਵੱਲੋਂ ਕਰਵਾਇਆ ਗਿਆ ਜਿਹੜਾ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਚੋਣ ਗੱਠਜੋੜ ਦੇ ਹੱਕ 'ਚ ਖੜਦਾ ਰਿਹਾ ਹੈ। ਡੰਡੀ ਇਸ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਚੋਣ ਗੱਠਜੋੜ ਨੂੰ ਲੈ ਕੇ ਵੀ ਕਾਫੀ ਖਿੱਚੋਤਾਣ ਚੱਲਦੀ ਰਹੀ, ਪਰ ਅੰਤ ਨੂੰ ਦੋਹਾਂ ਪਾਰਟੀਆਂ ਨੇ ਆਪੋ ਆਪਣੇ ਰਾਹ ਚੁਣ ਲਏ ਸਨ। ਡੰਡੀ ਹੁਣ ਪੰਜਾਬ ਵਿੱਚ ਚਹਿਕੋਨਾ ਮੁਕਾਬਲਾ ਬਣਨ ਨਾਲ ਨਤੀਜੇ ਉਲਟ ਉਲਟ ਹੋਣਗੇ। ਡੰਡੀ ਬਹੁਜਨ ਸਮਾਜ ਪਾਰਟੀ ਵੀ ਮੈਦਾਨ ਵਿੱਚ ਨਿਤਰੇਗੀ, ਪਰ ਉਸ ਨੂੰ ਨਰੋਈ ਧਿਰ ਵਜੋਂ ਨਹੀਂ ਲਿਆ ਜਾ ਰਿਹਾ ਹੈ। ਡੰਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਇਸੇ ਲੜੀ ਵਿੱਚ ਜੋੜਨਾ ਪਵੇਗਾ। ਡੰਡੀ ਨੈਕਸਟ ਪੈਸੇਜ, ਅਕਾਲੀ ਭਾਜਪਾ ਗੱਠਜੋੜ ਹੋਣ ਦੀ ਸੂਰਤ ਵਿੱਚ ਪੰਜਾਬ ਦੀਆਂ ਲੋਕ ਸਭਾ ਦੀਆਂ 13 ਸੀਟਾਂ ਵਿੱਚੋਂ 9 ਤੱਕ ਆਪ ਅਤੇ ਕਾਂਗਰਸ ਦੇ ਖਾਤੇ ਵਿੱਚ ਭੁਗਤਣ ਦਾ ਅੰਦਾਜ਼ਾ ਸੀ, ਜਦਕਿ 3 ਤੋਂ 4 ਸੀਟਾਂ ਇਕੱਠ ਜੋੜ ਦੀ ਝੋਲੀ ਪੈ ਸਕਦੀਆਂ ਸਨ। ਡੰਡੀ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਹਾਗ ਸੰਗਰੂਰ ਅਤੇ ਜਲੰਧਰ ਜ਼ਿਮਨੀ ਚੋਣ ਵਾਲਾ ਦੁਹਰਾਏ ਜਾਣ ਦੇ ਆਸਾਰ ਦਿਸਣ ਲੱਗੇ ਹਨ। ਡੰਡੀ ਪਰ ਇੱਕ ਗੱਲ ਪੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲ ਗੱਠਜੋੜ ਨਾ ਹੋਣਾ
ਚਾਹੇ ਅੱਜ ਘਾਟੇ ਦਾ ਸੌਦਾ ਲੱਗ ਰਿਹਾ ਹੋਵੇ, ਪਰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਜਿਸ ਰਾਹ ਵੱਲ ਨੂੰ ਤੋਰਿਆ ਹੈ, ਉਧਰ ਅੱਜ ਨਹੀਂ ਤਾਂ ਕੱਲ ਜਿੱਤ ਅਟਲ ਹੋਵੇਗੀ। ਡੰਡੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੇ ਲੋਕਾਂ ਵਿੱਚ ਜੋਸ਼ ਹੀ ਨਹੀਂ ਭਰਿਆ, ਸਗੋਂ ਇੱਕ ਉਮੀਦ ਵੀ ਜਗਾਈ ਸੀ। ਪਰ ਪਿਛਲੇ ਦਿਨੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਜਿਵੇਂ ਪੰਜਾਬ ਅਤੇ ਪੰਜਾਬੀਆਂ ਲਈ ਖੜਨ ਦਾ ਪ੍ਰਣ ਦੁਹਰਾਇਆ ਗਿਆ ਹੈ, ਉਸ ਨਾਲ ਅਕਾਲੀ ਦਲ ਦੀ ਭਲ ਜ਼ਰੂਰ ਬਣੀ ਹੈ। ਡੰਡੀ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਤਵੱਕੋ ਵੀ ਇਹੋ ਰੱਖਦੇ ਹਨ। ਡੰਡੀ ਜਿਸ ਵਿਰਾਸਤ ਅਤੇ ਫਲਸਫੇ ਵੱਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਕੱਟਿਆ ਹੈ, ਉਸ ਦੇ ਹਾਂ ਪੱਖੀ ਨਤੀਜੇ ਜੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਨਹੀਂ ਤਾਂ 227 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਚਮਤਕਾਰ ਦਿਖਾਣਗੇ। ਡੰਡੀ ਸ਼ਰਤ ਇਹ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਰਸਤੇ ਤੋਂ ਭਟਕੇ ਜਾਂ ਥਿੜਕੇ ਨਾ। ਡੰਡੀ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਤਰ੍ਹਾਂ ਦਾ ਸੰਕਟ ਖੜਾ ਹੋ ਗਿਆ ਹੈ। ਡੰਡੀ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੋਣ ਦੀ ਕਮਾਨ ਕੌਮੀ ਪੱਧਰ ਤੇ ਸੰਭਾਲਣੀ ਪਵੇਗੀ। ਡੰਡੀ ਹੁਣ ਉਹਨਾਂ ਕੋਲ ਪੰਜਾਬ ਲਈ ਪਹਿਲਾਂ ਇੰਨਾ ਸਮਾਂ ਨਹੀਂ ਬਚਿਆ ਹੈ। ਡੰਡੀ ਉਹਨਾਂ ਦੇ ਇਸੇ ਡਰ ਵਿੱਚੋਂ 2-3 ਦਿਨ ਪਹਿਲਾਂ ਸੂਬਿਆਂ ਦੇ ਮੰਤਰੀ ਤੇ ਵਿਧਾਇਕਾਂ ਨਾਲ ਮੀਟਿੰਗ ਦੀ ਮਜਬੂਰੀ ਨਿਕਲੀ ਹੈ। ਡੰਡੀ ਲਓ ਜੀ, ਇੱਥੇ ਆਪਣੀ ਜਿਹੜੀ ਡਿਕਟੇਸ਼ਨ ਸੀ ਕੰਪਲੀਟ ਹੋ ਗਈ ਹੈ। 85 ਵਰਡ ਪਰ ਮਿੰਟ ਦੀ ਡਿਕਟੇਸ਼ਨ ਸੀ। ਜੇਕਰ ਤੁਹਾਨੂੰ ਡਿਕਟੇਸ਼ਨ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਵੀ ਜਿਹੜੇ ਕਿ ਪੰਜਾਬੀ ਸਟੱਡੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਵੀ ਵੀਡੀਓ ਪਹੁੰਚੇ ਅਤੇ ਉਹ ਵੀ ਆਪਣੀ ਜਿਹੜੀ ਤਿਆਰੀ ਵਧੀਆ ਕਰ ਸਕਣ। ਅਤੇ ਜੇਕਰ ਕੋਈ ਡਾਊਟ ਹੈ ਤਾਂ ਕਮੈਂਟ 'ਚ ਜ਼ਰੂਰ ਪੁੱਛਿਆ ਕਰੋ। ਫਿਰ ਮਿਲਾਂਗੇ ਅਗਲੀ ਵੀਡੀਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।